ਬਹਾਦਰ। ਅਸਲਾਮ ਅਲੈਕੁਮ ਜੀ, ਮੈਂ ਤੁਹਾਡਾ ਆਪਣਾ ਹੋਸਟ ਬਾਬਾ ਜੀ, ਸੇਫ ਹਿਸਟੋਰੀਕਲ ਪਲੇਸਿਸ ਆਫ ਪਾਕਿਸਤਾਨ, ਸੇਫ ਗੁਰਦੁਆਰਾਜ਼ ਐਂਡ ਟੈਂਪਲਸ ਆਫ ਪਾਕਿਸਤਾਨ, ਪੰਜਾਬ ਪੇਜ, ਦ ਹੈਰੀਟੇਜ ਆਫ ਪਾਕਿਸਤਾਨ, ਪਾਕਿਸਤਾਨ ਹੈਰੀਟੇਜ ਕਲੱਬ, ਪਿਆਰਾ ਨਨਕਾਣਾ, ਪਿਸ਼ਾਵਰੀ ਸਿੰਘ, ਬਹੁਤ ਜ਼ਿਆਦਾ ਸਾਰੇ ਪੇਜਿਸ ਇਕੱਠੇ ਹੋ ਗਏ ਨੇ। ਮੈਂ ਤੁਹਾਡਾ ਆਪਣਾ ਹੋਸਟ, ਮੈਂ ਅੱਜ ਆਇਆ ਵਾਂ ਡਿੰਗੇ ਸ਼ਹਿਰ ਦੇ ਵਿੱਚ। ਜੀ ਹਾਂ, ਡਿੰਗਾ, ਡਿੰਗੇ ਦੀ ਉਵੇਂ ਤਾਂ ਹਿਸਟਰੀ ਬਹੁਤ ਪੁਰਾਣੀ ਹੈ, ਲੇਕਿਨ ਇਹ ਜ਼ਿਆਦਾਤਰ ਜਿਹੜਾ ਡਿੰਗਾ ਜਾਣਿਆ ਜਾਂਦਾ ਹੈ ਆਪਣਾ ਪਹਿਲੇ ਗੁਰੂ ਜਿਹੜੇ ਨੇ ਸਿੱਖੀ ਪੰਥ ਦੇ, ਬਾਬਾ ਗੁਰੂ ਨਾਨਕ ਸਾਹਿਬ ਜਿਹੜੇ ਨੇ ਉਹਨਾਂ ਦੇ ਪੈਰ ਇੱਥੇ ਪਏ, ਔਰ ਉਸ ਤੋਂ ਬਾਅਦ ਜਿਹੜਾ ਇਸ ਜਗ੍ਹਾ ਨੂੰ ਬੜੀ ਪਾਪੂਲਰਿਟੀ ਮਿਲੀ। ਇੱਥੇ ਗੁਰਦੁਆਰਾ ਸ੍ਰੀ ਪਹਿਲੀ ਪਾਤਸ਼ਾਹੀ ਬਾਬਾ ਗੁਰੂ ਨਾਨਕ ਸਾਹਿਬ ਵੀ ਸੀ, ਅਤੇ ਅੱਜ ਮੈਂ ਤੁਹਾਨੂੰ ਜਿਹੜਾ ਦਿਖਾਉਣ ਜਾ ਰਿਹਾ ਵਾਂ ਹੈ ਸੁੰਦਰ ਮਹਿਲ। 1918 'ਚ ਬਣਿਆ ਹੋਇਆ ਸ਼ਾਹਕਾਰ ਹੈ, ਔਰ ਇਸ ਦੇ ਮੁਤਲਕ ਮੈਂ ਇਹਨਾਂ ਦੇ ਮਾਲਕ ਕੋਲੋਂ ਹੀ, ਜਿਹੜੇ ਲੋਕ ਉੱਥੋਂ ਮਾਈਗ੍ਰੇਟਿਡ ਆਏ ਨੇ ਇੰਡੀਆ ਤੋਂ, ਉਹਨਾਂ ਕੋਲ ਹੀ ਇਹ ਮਹਿਲ ਹੈ। ਇਹ ਮਹਿਲ ਜਿਹੜਾ ਸੀ ਸੁੰਦਰ ਦਾਸ, ਰਾਏ ਬਹਾਦਰ ਸੁੰਦਰ ਦਾਸ ਚੋਪੜਾ ਨੇ ਬਣਾਇਆ ਸੀ, ਔਰ ਕਾਫੀ ਵੱਡੀ ਜਗ੍ਹਾ ਦੇ ਉੱਤੇ ਸੀ। ਇਹ ਜਗ੍ਹਾ ਏਕੜਾਂ ਦੇ ਵਿੱਚ ਹੈ, ਲੇਕਿਨ ਹੁਣ ਘੱਟ ਕੇ ਸਮਝ ਜੋ ਕਿ ਥੋੜ੍ਹੇ ਜਿਹੇ ਏਰੀਏ ਦੇ ਵਿੱਚ ਹੈ। ਇਹ ਦੇਖੋ ਤੁਸੀਂ SDC ਸੁੰਦਰ ਦਾਸ ਚੋਪੜਾ, ਇਹ ਘਰ ਦੇ ਵੁੱਡਵਰਕ ਦੇ ਵਿੱਚ ਵੀ ਇਸੇ ਤਰ੍ਹਾਂ ਲਿਖਿਆ ਹੋਇਆ। ਹੁਣ ਇਹ ਦਿੱਲੀ ਵਿੱਚ ਨੇ, ਇਹ ਫੈਮਿਲੀ ਜਿਹੜੀ ਹੈ ਦਿੱਲੀ ਵਿੱਚ ਰਹਿ ਰਹੀ ਹੈ। ਅਸਲਾਮ ਅਲੈਕੁਮ ਸਰ। ਵਾਲੇਕੁਮ ਅਸਲਾਮ ਵਰਹਮਤੁਲਲਾਹ। ਸਰ ਕੀ ਹਾਲ ਕਰੀਏ ਤਾਂ? ਅੱਛਾ ਸਰ, ਮੈਨੂੰ ਤੁਸੀਂ ਇਹ ਦੱਸੋ ਕਿ ਕੀ ਸਮਸ਼ੀਪ ਆਪਣਾ? ਰਾਓ ਸਾਜਿਦ ਜਹਾਂਗੀਰ। ਰਾਓ ਸਾਦਕ ਸਾਜਿਦ ਜਹਾਂਗੀਰ। ਰਾਓ ਸਾਜਿਦ ਜਹਾਂਗੀਰ, ਤੁਹਾਡੇ ਵੱਡੇ ਕਿਹੜੇ ਸ਼ਹਿਰ ਤੋਂ ਇੱਥੇ ਤਸ਼ਰੀਫ ਲਿਆਏ ਨੇ? ਜੀ, ਸਾਡੇ ਦਾਦਾ ਜੀ ਤਿਹਾੜ ਤੋਂ। ਤਿਹਾੜ ਦਿੱਲੀ ਤੋਂ, ਉੱਥੋਂ ਮਾਈਗ੍ਰੇਟ ਕੀਤਾ ਸੀ। ਅੱਛਾ ਅੱਛਾ ਅੱਛਾ, ਇਹ ਦਿੱਲੀ ਤੋਂ ਮਾਈਗ੍ਰੇਟ ਕਰਕੇ ਆਏ ਨੇ, ਔਰ ਇਹਨਾਂ ਨੂੰ ਮਿਲਿਆ ਇੱਥੇ ਸੁੰਦਰ ਮਹਿਲ। ਉੱਥੇ ਵੀ ਛੱਡ ਕੇ ਆਏ ਨੇ ਮਹਿਲ, ਔਰ ਇੱਥੇ ਆ ਕੇ ਵੀ ਇਹਨਾਂ ਨੂੰ ਮਿਲਿਆ ਮਹਿਲ। ਅਤੇ ਆਓ ਤੁਸੀਂ ਜ਼ਰਾ ਸਾਨੂੰ ਕੁਛ ਥੋੜ੍ਹਾ ਜਿੰਨਾ ਸੁੰਦਰ ਮਹਿਲ ਦੇ ਮੁਤਲਕ ਜਿਹੜਾ ਉਹ ਥੋੜ੍ਹਾ ਇੰਨਾ ਤਾਰਫ ਕਰਾਓਗੇ? ਇਹ ਮੈਂ ਤੁਹਾਨੂੰ ਦੱਸਦਾ ਚੱਲਿਆ, ਖੂਬਸੂਰਤ ਜਿਹੜਾ ਦ੍ਰਿਸ਼ ਹੈ। ਡਰਾਇੰਗ ਰੂਮ ਦੇ ਦੋ ਦਰਵਾਜ਼ੇ ਨੇ ਫਰੰਟ ਦੇ ਉੱਤੇ, ਔਰ ਉਸ ਤੋਂ ਬਾਅਦ ਇਹ ਵਿੰਡੋਜ਼ ਨੇ ਇਹਦੀਆਂ। ਵੁੱਡਵਰਕ ਦਾ ਬਹੁਤ ਅੱਛਾ ਔਰ ਫਾਈਨ ਕੁਆਲਿਟੀ ਦਾ ਟੀਕ ਦਾ ਕੰਮ ਹੋਇਆ ਹੈ, ਔਰ ਅੱਜ ਤੱਕ ਆਪਣੀ ਓਰਿਜਨਲ ਹਾਲਤ ਦੇ ਵਿੱਚ ਔਰ ਸਾਜਿਦ ਸਾਹਿਬ ਕਾਫੀ ਹੁਣ ਟਰਾਈ ਕਰਦੇ ਨੇ। ਇਹ ਦੇਖੋ SDC ਸੁੰਦਰ ਦਾਸ ਚੋਪੜਾ। ਮੈਂ ਤੁਹਾਨੂੰ ਦੱਸਿਆ ਸੀ ਕਿ ਵੁੱਡ ਕਾਸ ਦੇ ਵਿੱਚ ਵੀ ਉਹਨਾਂ ਨੇ SDC ਲਿਖਵਾਇਆ ਹੋਇਆ। ਇਹ ਦੇਖੋ ਇਸ ਸਾਈਡ 'ਤੇ ਵੀ ਹੈ SDC। ਮੈਂ ਤੁਹਾਨੂੰ ਦਿਖਾ ਰਿਹਾ ਵਾਂ ਸੁੰਦਰ ਮਹਿਲ ਸ਼ਹਿਰ ਡਿੰਗਾ। ਖਾਰੀਆਂ ਤੋਂ ਵੈਸਟ ਸਾਈਡ 'ਤੇ ਆਉਂਦਾ, ਮੰਡੀ ਬਾਬਾਦੀਨ ਔਰ ਮਾਂਗੜ ਦੇ ਦਰਮਿਆਨ ਵਿੱਚ ਹੈ। ਬਹੁਤ ਹੀ ਖੂਬਸੂਰਤ ਆਰਕੀਟੈਕਚਰ ਇਹਦਾ, ਘਰ ਦਾ ਟੋਟਲੀ ਡਿਫਰੈਂਟ ਹੈ। ਦੇਖਿਆ ਜਾਏ ਤਾਂ ਕੁਛ ਹਿੰਦੂ ਟੱਚ ਹੈ, ਫਿਰ ਉਸ ਤੋਂ ਬਾਅਦ ਤੁਹਾਨੂੰ ਇਹਦੇ ਵਿੱਚ ਜਿਹੜਾ ਬ੍ਰਿਟਿਸ਼ ਟੱਚ ਨਜ਼ਰ ਆਉਂਦਾ ਘਰ ਦੇ ਵਿੱਚ। ਉਹੀ ਬ੍ਰਿਟਿਸ਼ ਦੇ ਨਾਲ ਹੀ ਜਿਹੜਾ ਉਹ ਜੋੜਿਆ ਜਾਂਦਾ। ਅਤੇ ਆਓ ਜ਼ਰਾ ਥੋੜ੍ਹਾ ਜਿਹਾ ਪਿੱਛੇ ਤੁਸੀਂ ਮੈਨੂੰ ਬਾਹਰ ਨਿਕਲਨੇ ਆ, ਔਰ ਇਹਦੀ ਤੁਸੀਂ ਪੂਰੀ ਡਿਟੇਲ ਦੱਸੋ, ਕੌਣ ਸੀ, ਕਿਸ ਤਰ੍ਹਾਂ ਸਨ, ਔਰ ਕਿਵੇਂ ਹੈ ਸਾਰਾ ਕੁਝ ਜਿਹੜਾ ਤੁਹਾਡੇ ਕੋਲ ਆਇਆ? ਇਹ ਜੀ ਆਪਣਾ ਇਹਦੇ ਓਰਿਜਨਲ ਜਿਹੜੇ ਓਨਰ ਸਰ ਅਤੇ ਸੁੰਦਰ ਦਾਸ ਚੋਪੜਾ ਸਾਹਿਬ। ਅੱਛਾ ਜੀ, ਇਹ ਘਰ ਦਾ ਆਰਕੀਟੈਕਚਰ ਥੋੜ੍ਹਾ ਜਿਹਾ ਬਾਕੀ ਹਵੇਲੀਆਂ ਔਰ ਉਹਨਾਂ ਤੋਂ ਡਿਫਰੈਂਟ ਹੈ। ਕੁਛ ਆਰਮੀ ਦੇ ਹਾਊਸਿਸ ਜਿਹੜੇ ਪੁਰਾਣੇ ਸਨ ਉਹਨਾਂ ਨਾਲ ਮਿਲਦਾ ਜੁਲਦਾ, ਕਿਉਂਕਿ ਲਾਹੌਰ ਆਰਮੀ ਹਾਊਸ ਦੇ ਨਜ਼ਦੀਕ ਜਿਹੜੀਆਂ ਬਿਲਡਿੰਗਸ ਨੇ ਉਹਨਾਂ ਦਾ ਆਰਕੀਟੈਕਚਰ ਜਿਹੜਾ ਇਹਨਾਂ ਨਾਲ ਥੋੜ੍ਹਾ ਇਹਨਾਂ ਮਿਲਦਾ।
ਔਰ ਇਸ ਨੂੰ ਥੋੜ੍ਹਾ ਜਿਹਾ ਦੇਖੋ ਤੁਸੀਂ ਮੇਨਟੇਨ ਕਰਕੇ ਇਹਨਾਂ ਨੇ ਬੜਾ ਅੱਛਾ ਪੋਲਿਸ਼ਿੰਗ ਵਗੈਰਾ ਕੀਤੀ ਹੈ ਔਰ ਦੇਖੋ ਉਹੀ ਓਲਡ ਦਰਵਾਜ਼ੇ ਦੀ ਨਿਸ਼ਾਨੀ ਹੈ ਕਿ ਉਹਦੀ ਕੁੰਡੀ ਥੱਲੇ ਹੁੰਦੀ ਹੈ ਜਿਹੜੀ ਮੈਂ ਪਹਿਲੇ ਵੀ ਦੱਸੀ ਸੀ ਲੇਕਿਨ ਇਹਨੂੰ ਕਟਾਈ ਪੋਲਿਸ਼ ਕਰਕੇ ਦੇਖੋ ਕਿੰਨੇ ਖੂਬਸੂਰਤ ਤਰੀਕੇ ਨਾਲ ਬਣਾਇਆ ਜਾ ਰਿਹਾ ਔਰ ਇਹ ਛੱਤ ਜਿਹੜੀ ਹੈ ਉਹੀ ਹੈ ਓਰਿਜਨਲ ਹੈ ਜਿਹੜੀ ਕਿ 1918 ਦੇ ਵਿੱਚ ਬਣਾਈ ਗਈ ਸੀ ਜੀ ਸਰ ਇਹ ਤੁਸੀਂ ਸਰ ਮੈਨੂੰ ਦੱਸੋ ਜ਼ਰਾ ਸੁੰਦਰ ਮਹਿਲ ਦੇ ਮੁਤਲਕ ਦੱਸੋਗੇ ਕਿ ਵੀ ਡਿਟੇਲ ਹੁਣ ਜਿਹੜੀ ਹੈ ਮੇਰੇ ਨਾਲ ਸ਼ੇਅਰ ਕਰੋ ਡਿਟੇਲਸ ਇਹਦੀ ਇਹੀ ਹੈ ਕਿ ਫਿਰ ਜਿਸ ਵੇਲੇ ਸਾਨੂੰ ਉਹ ਆਪਣਾ ਅਲੋਟਮੈਂਟ ਹੋਈ ਹੈ ਸਾਡੀ ਸਾਡੇ ਅਸੀਂ ਉਸ ਤੋਂ ਬਾਅਦ ਇਹਨੂੰ ਮੇਨਟੇਨ ਕੀਤੇ ਸਾਡੇ ਦਾਦਾ ਜੀ ਇੱਥੇ ਆਏ ਸਨ ਫਿਰ ਵਾਰ ਸਾਹਿਬ ਹੁਣ ਅਸੀਂ ਇੱਥੇ ਤੁਹਾਡੇ ਦਾਦਾ ਜੀ ਦਾ ਕੀ ਨਾਮ ਹੈ ਕੈਪਟਨ ਅਬਦੁਲ ਹਮੀਦ ਕੈਪਟਨ ਅਬਦੁਲ ਹਮੀਦ ਰਿਟਾਇਰਡ ਔਰ ਵਾਲਦ ਸਾਹਿਬ ਕਮਰ ਮੁਹੰਮਦ ਅਜਮਲ ਜੀ ਕਮਰ ਮੁਹੰਮਦ ਅਜਮਲ ਸਾਹਿਬ ਜੀ ਅਤੇ ਤੁਸੀਂ ਦੱਸਿਆ ਕਿ ਤੁਸੀਂ ਡਿਸਟ੍ਰਿਕਟ ਦਿੱਲੀ ਤੋਂ ਸੀ ਹਾਂਜੀ ਉਹ ਦਿੱਲੀ ਤੋਂ ਜੀ ਦਿੱਲੀ ਤੋਂ ਦਾਦਾ ਜੀ ਤੁਹਾਨੂੰ ਉੱਥੇ ਕਿੰਨੀ ਲੈਂਡ ਸੀ ਕੋਈ ਵੱਡਾ ਕੀ ਦੱਸ ਦੇਣਾ ਕੋਈ ਐਗਜੈਕਟਲੀ ਜ਼ਹਿਨ ਵਿੱਚ ਤਾਂ ਨਹੀਂ ਤੁਸੀਂ ਉਹ ਜਾ ਲੇਕਿਨ ਉਹ ਜੋ ਵੀ ਸੀ ਅਸੀਂ ਉੱਥੇ ਉਹਦੇ ਹੀ ਕਲੇਮਸ ਅਗੇਂਸਟ ਸਾਨੂੰ ਇੱਥੇ ਅਲੋਟਮੈਂਟ ਕਿਉਂਕਿ ਜਿੰਨਾ ਕਲੇਮ ਹੁੰਦਾ ਸੀ ਉਹਦੇ ਮੁਤਾਬਿਕ ਉਹਦੇ ਹੀ ਇਹਦਾ ਮਤਲਬ ਹੈ ਕਿ ਤੁਹਾਡੇ ਵੱਡਿਆਂ ਦੀ ਪ੍ਰੋਪਰਟੀ ਅੱਛੀ ਖਾਸੀ ਸੀ ਅਤੇ ਤੁਹਾਨੂੰ ਇਹ ਜਿਹੜੀ ਹੈ ਬਿਲਡਿੰਗ ਉਹ ਮਿਲੀ ਹੈ ਵਰਨਾ ਤਾਂ ਬਹੁਤ ਮੁਸ਼ਕਿਲ ਹੈ ਜੀ ਜੀ ਕਿ ਐਨੀ ਪ੍ਰੋਪਰਟੀ ਜਿਹੜੀ ਹੈ ਕੁਛ ਤਾਰੀਖ ਜਿਹੜੀ ਹੈ ਇਹਨਾਂ ਦੇ ਦੋਸਤ ਜਿਹੜੇ ਨੇ ਇਹਨਾਂ ਨੂੰ ਵੀ ਦੋਸਤ ਨੇ ਮੇਰੇ ਕਾਜ਼ੀ ਸ਼ਮੀਮ ਸਾਹਿਬ ਹਾਂ ਅਤੇ ਤੁਸੀਂ ਕੁਛ ਦੱਸੋ ਕਿ ਵੀ ਇਹਨਾਂ ਦੇ ਮੁਤਲਕ ਕੀ ਇਹਨਾਂ ਦਾ ਕੀ ਤਾਰੀਖੀ ਪਸ ਮੰਜ਼ਰ ਸੀ ਇਹ ਜਿਹੜੀ ਫੈਮਿਲੀ ਸੀ ਇੱਥੇ ਅਸਲ ਵਿੱਚ ਸਰ ਇਹ ਰਾਏ ਬਹਾਦਰ ਸੁੰਦਰ ਦਾਸ ਬਾਅਦ ਵਿੱਚ ਖਿਤਾਬ ਮਿਲਿਆ ਰਾਏ ਬਹਾਦਰ ਦਾ ਅੰਗਰੇਜ਼ ਨੇ ਦਿੱਤਾ ਸੁੰਦਰ ਦਾਸ ਐਕਚੁਅਲੀ ਪਹਿਲੇ ਇੱਕ ਗਰੀਬ ਖਾਨਦਾਨ ਨਾਲ ਤਲਕ ਸੀ ਉਹਨਾਂ ਦਾ ਉਹ ਡਿੰਗੇ ਸ਼ਹਿਰ ਦੇ ਅੰਦਰੂਨੀ ਆਬਾਦੀ ਦੇ ਵਿੱਚ ਉਹਨਾਂ ਦਾ ਘਰ ਸੀ ਛੋਟਾ ਜਿਹਾ 5 ਮਰਲੇ ਦਾ ਅੱਛਾ ਉਹਦੇ ਬਾਅਦ ਵਿੱਚ ਉਹਨਾਂ ਨੇ ਬੀਏ ਤੱਕ ਦੀ ਤਲੀਮ ਹਾਸਲ ਕੀਤੀ ਹੈ ਉਹਦੇ ਬਾਅਦ ਉਹ ਫਿਰ ਮਜ਼ਦੂਰੀ ਦੇ ਸਿਲਸਿਲੇ ਵਿੱਚ ਕੰਟੀਨ ਉਹਨਾਂ ਇੱਕ ਬਣਾਈ ਹੈ ਕੋਇਟਾ ਸ਼ਹਿਰ ਵਿੱਚ ਜਾ ਕੇ ਉਹਨਾਂ ਡਿਸਟਰਬ ਕੰਟੀਨ ਬਣਾਈ ਹੈ ਅਤੇ ਉਸੇ ਦੌਰਾਨ ਪਹਿਲੀ ਜੰਗੇ ਅਜ਼ੀਮ ਦੇ ਦੌਰਾਨ ਆਕਸ਼ਨ ਹੋਈ ਹੈ ਛਾਵਣੀਆਂ ਦੀ ਜੀ ਜੀ ਉਹ ਛਾਵਣੀ ਦੀ ਨਿਲਾਮੀ ਜਿਹੜੀ ਹੈ ਰਾਏ ਬਹਾਦਰ ਸੁੰਦਰ ਦਾਸ ਨੇ ਲਈ ਹੈ ਉਹਦੇ ਬਾਅਦ ਦੁਬਾਰਾ ਆਰਡਰ ਆ ਗਏ ਨੇ ਕਿ ਜਿਹੜੀ ਹੈ ਇਹਨੂੰ ਛਾਵਣੀ ਨੂੰ ਵਾਪਸ ਲਿਆ ਜਾਏ ਜ਼ਰੂਰਤ ਵੇਲੇ ਉਹਦੇ ਵਿੱਚ ਉਹਨਾਂ ਨੂੰ ਕਾਫੀ ਪ੍ਰੋਫਿਟ ਹੋਇਆ ਉਹਦੇ ਬਾਅਦ ਉਹਨਾਂ ਨੇ ਗੌਰਮੈਂਟ ਦੀ ਠੇਕੇਦਾਰੀ ਫੌਜ ਨੂੰ ਬ੍ਰਿਟਿਸ਼ ਆਰਮੀ ਨੂੰ ਸਪਲਾਈ ਕਰਨ ਦਾ ਫੂਡ ਦਾ ਠੇਕਾ ਲਿਆ ਉਹਦੇ ਵਿੱਚ ਉਹਨਾਂ ਨੇ ਕਾਫੀ ਫਿਰ ਉਹਦੇ ਬਾਅਦ ਉਹਨਾਂ ਨੇ ਸਾਰੀ ਤਾਮੀਰਾਤ ਇੱਥੇ ਕੀਤੀਆਂ ਠੀਕ ਹੈ ਇਹ ਹਵੇਲੀ ਦਾ ਕਿੰਨਾ ਰਕਬਾ ਸੀ ਟੋਟਲ ਜਿਹੜਾ ਮਹਿਲ ਹੈ ਇਸ ਦਾ ਤਕਰੀਬਨ ਕੋਈ 40 ਕਨਾਲ ਦੇ ਕਰੀਬ ਸੀ 40 ਕਨਾਲ ਦਾ ਰਕਬਾ ਸੀ ਚਾਰੋਂ ਤਰਫ ਬਾਗ ਸਨ ਤੁਸੀਂ ਦੱਸ ਰਹੇ ਸੀ ਸਿਰਫ ਇਸ ਕੋਠੀ ਦਾ ਸੀ ਟੋਟਲ ਮਿਲਾ ਕੇ ਤਕਰੀਬਨ 80-82 ਕਨਾਲ ਸੀ 80-82 ਕਨਾਲ ਕਿ ਸਾਹਮਣੀ ਕੋਠੀ ਵੀ ਉਹਨਾਂ ਦੀ ਸੀ ਤੇ ਉਹ ਇਹਦੇ ਉੱਤੇ ਬ੍ਰਿਜ ਵੀ ਬਣਾਉਣਾ ਚਾਹੁੰਦੇ ਸਨ ਉਹਨਾਂ ਦੀ ਇੱਕ ਪ੍ਰਪੋਜ਼ਲ ਸੀ ਉਹਦੇ ਔਰੇ ਦੇ ਸਾਹਮਣੇ ਬਿਲਕੁਲ ਸੇਫ ਟੋਟਲ ਸਾਡੇ ਚਰਾਗਾ ਅੱਗੇ ਪਿੱਛੇ ਟੋਟਲ ਮਹਿਮਾਨਖਾਨਾ ਖਾਸ ਮਹਿਮਾਨਖਾਨਾ ਆਮ ਇਹ ਸਾਰਾ ਉਹਨਾਂ ਦਾ ਸੀ ਸਹੀ ਬੜਾ ਮਹਿਮਾਨ ਨਵਾਜ਼ ਸੀ ਰਾਏ ਬਹਾਦਰ ਸੁੰਦਰ ਦਾਸ ਅੱਛਾ 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 ਵਿੱਚ ਉਹ ਜਿਹੜੇ ਵੀ ਹਰ ਗਰੀਬ ਨੂੰ ਖਾਣਾ ਮਿਲਦਾ ਸੀ ਉਹਦੇ ਵਿੱਚ ਇਹ ਕਿ ਸਰਦੀਆਂ ਵਿੱਚ ਬਿਸਤਰਾ ਅੱਛਾ ਮਿਲਦਾ ਸੀ ਅੱਛਾ ਜੀ ਸਾਜੀ ਸਾਹਿਬ ਤੁਸੀਂ ਦੱਸੋ ਕਿ ਤੁਹਾਨੂੰ ਕੋਈ ਸੇਵਾ ਕਿਸੇ ਪਾਸੋਂ ਜਾਂ ਤੁਹਾਨੂੰ ਕੋਈ ਕਿਸੇ ਗੌਰਮੈਂਟ ਦੇ ਤਹਿਸੀਲ ਐਡਮਿਨਿਸਟ੍ਰੇਸ਼ਨ ਵੱਲੋਂ ਕੋਈ ਫੰਡ ਤੁਹਾਨੂੰ ਆਉਂਦਾ ਕਿ ਵੀ ਤੁਸੀਂ ਇਹਨੂੰ ਕਦੇ ਵੀ ਮਤਲਬ ਕਿ ਇੱਕ ਹੁਣ ਹੈਰੀਟੇਜ ਸਾਡਾ 100 ਸਾਲ ਪੁਰਾਣਾ ਤਕਰੀਬਨ ਹੋ ਜਾਣਾ 2 ਸਾਲ ਬਾਅਦ ਹੋਵੇਗਾ ਡੈਵਲ ਲੇਕਿਨ ਅਸੀਂ ਤਾਂ ਇਹਨੂੰ ਜੂਨ ਦਾ ਅਸੀਂ ਰਹਿ ਰਹੇ ਹਾਂ ਅਸੀਂ ਵਾਲਦ ਸਾਹਿਬ ਵੀ ਸਾਡੇ ਹੁਣ ਮੈਂ ਵੀ ਤੁਸੀਂ ਖੁਦ ਮੇਨਟੇਨ ਕਰਵਾ ਰਹੇ ਹੋ ਅਤੇ ਅਸੀਂ ਆਪਣੀ ਪੈਸੇ ਤੁਹਾਨੂੰ ਜੋ ਮੈਕਸੀਮਮ ਬੜਾ ਸ਼ੌਕ ਹੈ ਇਹਦੇ ਵਿੱਚ ਹੁਣ 2-3 ਨਵੇਂ ਮਾਲ ਬਣ ਸਕਦੇ ਸਨ ਜਿਤਨੇ ਇਹਨਾਂ ਨੇ ਇਹਦੀ ਮੈਂਟੇਨੈਂਸ ਇੱਕ ਅੱਛੀ ਬੜਾ ਦਿਲ ਖੁਸ਼ ਹੁੰਦਾ ਕਰਕੇ ਬਸ ਅਸੀਂ ਇੱਥੇ ਰਹਿੰਦੇ ਹਾਂ ਤੈਨੂੰ ਮੈਂਟੇਨ ਕਰੀਏ ਨਾ ਸਾਜਿਦ ਸਾਹਿਬ ਦਾ ਕਹਿਣ ਦਾ ਮਕਸਦ ਇਹ ਹੈ ਕਿ ਸੁੰਦਰ ਦਾਸ ਮਹਿਲ ਜਿਹੜਾ ਹੈ ਇਹਨੂੰ ਅਗਰ ਉਹ ਮੇਨਟੇਨ ਕਰ ਰਹੇ ਨੇ ਤਾਂ ਉਹਨਾਂ ਦੀ ਖੁਆਇਸ਼ ਹੈ ਕਿ ਮੈਂ ਇਸ ਮਹਿਲ ਵਿੱਚ ਰਹਿਣਾ ਵਾਂ ਕਿਉਂ ਨਾ ਮੈਂ ਉਹਨੂੰ ਮੇਨਟੇਨ ਕਰਵਾਵਾਂ ਲੇਕਿਨ ਇਹਨੂੰ ਇਹਨਾਂ ਦੇ ਇਕੱਲੇ ਦੇ ਵੱਸ ਦੀ ਗੱਲ ਨਹੀਂ ਹੈ ਜਿਸ ਤਰ੍ਹਾਂ ਮੈਂ ਸੇਠੀ ਹਾਊਸਿਸ ਦੇ ਮੁਤਲਕ ਉਸ ਦਿਨ ਗੱਲ ਕੀਤੀ ਸੀ
ਤੀਹ ਤਹਿਸੀਲ ਮਿਊਂਸਪਲ ਐਡਮਿਨਿਸਟ੍ਰੇਸ਼ਨ ਜਿਹੜੀ ਹੈ ਡਿੰਗਾ ਸ਼ਹਿਰ ਦੀ ਜਾਂ ਖਾਰੀਆਂ ਲਾਗੇ, ਅਗਰ ਹਿਸਟੋਰੀਕਲ ਡਿਪਾਰਟਮੈਂਟ ਜਾਂ ਆਰਕਿਆਲੋਜੀ ਡਿਪਾਰਟਮੈਂਟ ਮੇਰੀ ਆਵਾਜ਼ ਸੁਣ ਰਿਹਾ ਔਰ ਸੁਣਦਾ ਵੀ ਹੈ, ਡਿਪਟੀ ਡਾਇਰੈਕਟਰ ਆਰਕਿਆਲੋਜੀ ਵੀ ਮੇਰੀ ਗੱਲਬਾਤ ਸੁਣਦੇ ਰਹਿੰਦੇ ਨੇ, ਅਤੇ ਮੇਰੀ ਰਿਕੁਐਸਟ ਹੈ ਕਿ ਇਹਦੇ ਵਾਸਤੇ ਕੁਛ ਫੰਡ ਜਾਰੀ ਐਸੇ ਕੀਤੇ ਜਾਣ ਜਿਹਦੀ ਵਜ੍ਹਾ ਨਾਲ ਇਹਨੂੰ ਬਿਲਡਿੰਗ ਨੂੰ ਪ੍ਰੋਪਰ ਹੁਣ ਤੱਕ ਤਾਂ ਆਪਣੀ ਅਸਲ ਹਾਲਤ ਦੇ ਵਿੱਚ ਹੈ ਅਤੇ ਇਹਨੂੰ ਐਸੇ ਹਾਲਤ ਵਿੱਚ ਰੱਖਿਆ ਜਾਏ 100 ਈਅਰਸ ਗੁਜ਼ਰਨ ਤੋਂ ਬਾਅਦ ਹੈ ਜਿਹੜਾ ਇੱਕ ਹੈਰੀਟੇਜ ਹੈ, ਤਾਂ ਕਿ ਲੋਕ ਆਉਣ ਡਿੰਗੇ ਦੇ ਵਿੱਚ ਔਰ ਆ ਕੇ 100 ਸਾਲ ਪਹਿਲੇ ਵਾਲਾ ਹੈਰੀਟੇਜ ਜਿਹੜਾ ਉਹਨੂੰ ਅਸਲ ਕੰਡੀਸ਼ਨ 'ਚ ਦੇਖਣ ਔਰ ਮਹਿਲ ਜਿਹੜਾ ਆਪਣੀ ਆਬੋਤਾਬ ਦੇ ਨਾਲ ਖੜ੍ਹਾ ਰਹੇ। ਅਗਰ ਚਾਹੁੰਦੇ ਹੋ ਤਾਂ ਮੇਰਾ ਆਗਾ ਖਾਨ ਟਰੱਸਟ ਜਿਹੜੀ ਫਾਊਂਡੇਸ਼ਨ ਫੋਰ ਹੈਰੀਟੇਜ ਹੈ ਉਹਨਾਂ ਨਾਲ ਵੀ ਮੇਰਾ ਜਿਹੜੀ ਰਿਕੁਐਸਟ ਹੈ ਔਰ ਮੈਨੂੰ ਖੁਸ਼ੀ ਹੁੰਦੀ ਹੈ ਕਿ ਮੇਰੀ ਆਵਾਜ਼ ਜਿਹੜੀ ਹੈ ਉਹ ਦੂਰ ਤੱਕ ਜਾਂਦੀ ਔਰ ਲੋਕ ਸੁਣਦੇ ਵੀ ਨੇ, ਔਰ ਅਗਰ ਇਹਨੂੰ ਮੇਨਟੇਨ ਕਰਵਾਉਣ ਦੇ ਵਿੱਚ ਸਾਜਿਦ ਸਾਹਿਬ ਦੀ ਮਦਦ ਕਰਵਾਉਣ, ਕਿਉਂਕਿ ਮੈਂ ਅੰਦਰੋਂ ਪੂਰਾ ਵਿਜ਼ਿਟ ਕਰਕੇ ਆਇਆ, ਇਹਨਾਂ ਦੀ ਪੂਰੀ ਫੈਮਿਲੀ ਇੱਥੇ ਰਹਿ ਰਹੀ ਹੈ, ਅਤੇ ਅਗਰ ਇਹਦੇ ਵਾਸਤੇ ਕੁਛ ਹੋ ਸਕੇ ਤਾਂ ਜ਼ਿਆਦਾ ਬਿਹਤਰ ਹੋਏਗਾ, ਕਿਉਂਕਿ ਬਿਲਡਿੰਗ ਕਾਫੀ ਜਗ੍ਹਾ ਤੋਂ ਕਰੈਕਸ ਆ ਰਹੇ ਨੇ ਔਰ ਥੱਲੇ ਦਿਖ ਸਕਦੀ ਹੈ ਕਿਸੇ ਵਕਤ, ਲੇਕਿਨ ਇਹ ਕਿ ਇਹਨਾਂ ਨੇ ਫਿਲਹਾਲ ਮੇਨਟੇਨੈਂਸ ਹਲੇ ਅੱਛੀ ਜਾ ਰਹੀ ਹੈ ਇਹਨਾਂ ਦੀ। ਆਓ ਜ਼ਰਾ ਸਾਹਿਬ ਸਾਹਿਬ, ਮੈਂ ਤੁਹਾਨੂੰ ਮੁਹੱਲੇ ਵਕੂ ਦਿਖਾਉਂਦਾ ਜਾਵਾਂ ਅਤੇ ਇਹਦੇ ਅੰਦਰ ਤਕਰੀਬਨ ਕੋਈ ਕੁੱਲ ਮਿਲਾ ਕੇ ਛੋਟੇ ਵੱਡੇ ਦੱਸ ਰਹੇ ਨੇ ਕਿ ਕਮਰੇ ਜਿਹੜੇ ਨੇ ਉਹ 20x20 ਜਿਹੜੇ ਕਮਰੇ ਨੇ ਇਹਦੇ ਅੰਦਰ ਮੌਜੂਦ ਨੇ, ਹਾਲਾਂਕਿ ਦੇਖਣ ਵਿੱਚ ਸਟਰਕਚਰ ਐਡਾ ਹੈਵੀ ਨਹੀਂ ਲੱਗਦਾ, ਲੇਕਿਨ ਉਹਦੇ ਬਾਵਜੂਦ ਅੰਦਰ 20x20 ਕਮਰੇ ਨੇ। ਇੱਕ ਮਹਿਮਾਨਖਾਨਾ ਹੈ, ਇੱਕ ਮਹਿਮਾਨ ਹੈ ਆਮ ਹੈ, ਇੱਕ ਮਹਿਮਾਨ ਹੈ ਖਾਸ ਹੈ, ਕਿ VIP ਗੈਸਟ ਵਾਸਤੇ ਜਿਹੜਾ ਸੀ ਉਹ ਦੂਸਰੀ ਪਲੇਸ ਸੀ ਔਰ ਜਿਹੜੇ ਕਾਮਨ ਗੈਸਟ ਸਨ ਉਹਨਾਂ ਦੇ ਔਰ ਉਹਦੇ ਵਾਸਤੇ ਲੈਦਾ। ਇਹ ਕੁਛ ਖਿੜਕੀਆਂ ਵਗੈਰਾ ਜਿਹੜੀਆਂ ਨੇ ਬੰਦ ਇਸ ਲਈ ਕੀਤੀਆਂ ਗਈਆਂ ਨੇ ਕਿਉਂਕਿ ਇਹਦੇ ਵਿੱਚ ਆਇਰਨ ਦਾ ਬਿਲਕੁਲ ਵੀ ਯੂਜ਼ ਨਹੀਂ ਹੈ, ਇਹਦੇ ਵਿੱਚ ਸਿਰਫ ਇੱਟ ਦਾ ਇਸਤੇਮਾਲ ਹੋਇਆ ਔਰ ਜਿੱਥੇ ਵੀ ਖਾਲੀ ਇੱਟ ਦਾ ਇਸਤੇਮਾਲ ਹੋਇਆ ਉਹ ਸੀਪੇਜ ਦੀ ਵਜ੍ਹਾ ਨਾਲ ਉਹ ਜਗ੍ਹਾ ਬੈਠਣਾ ਸ਼ੁਰੂ ਹੋ ਜਾਂਦੀ ਹੈ, ਲਿਹਾਜ਼ਾ ਫਿਰ ਉਸ ਉਹਨਾਂ ਖਿੜਕੀਆਂ ਨੂੰ ਔਰ ਦਰੀਚਿਆਂ ਨੂੰ ਬੰਦ ਕਰਨਾ ਪੈਂਦਾ, ਕਿਉਂਕਿ ਇਹ ਸਾਰਾ ਦਾ ਸਾਰਾ ਡੋਟਸ ਦੇ ਉੱਤੇ ਕੰਮ ਹੋਇਆ ਅਤੇ ਡੋਟਸ ਦਾ ਕੰਮ ਹਮੇਸ਼ਾ ਜਿਹੜਾ ਉਹ ਪਾਣੀ ਪੈਣ ਦੀ ਵਜ੍ਹਾ ਨਾਲ ਬੈਠਣਾ ਸ਼ੁਰੂ ਹੋ ਜਾਂਦਾ। ਇਹ ਟੋਟਲੀ ਇਸ ਏਰੀਏ ਦੇ ਵਿੱਚ ਬਿਲਕੁਲ ਇੰਟਾਇਰਲੀ ਡਿਫਰੈਂਟ ਆਰਕੀਟੈਕਚਰ ਹੈ ਜਿਹੜਾ ਕਿ ਬਹੁਤ ਅਰਸੇ ਬਾਅਦ ਦੇਖਣ ਦੇ ਵਿੱਚ ਨਜ਼ਰ ਆ ਰਿਹਾ ਔਰ ਆਪਣੀ ਪੂਰੀ ਅਸਲ ਹਾਲਤ ਦੇ ਵਿੱਚ ਹੈ। ਇੰਸਪਾਇਰਿੰਗ ਬਾਏ ਆ ਬ੍ਰਿਟਿਸ਼ ਆਰਕੀਟੈਕਚਰ। ਅੱਛਾ, ਇੱਕ ਹੋਰ ਐਂਟਰੈਂਸ ਹੈ ਉਹਦੀ ਪੱਲੀ ਤਰਫ ਜਿਹੜਾ ਉੱਤੇ ਓਮ ਵੀ ਲਿਖਿਆ ਹੋਇਆ, ਉਹ ਵੀ ਮੈਂ ਤੁਹਾਨੂੰ ਦਿਖਾਉਂਦਾ ਵਾਂ। ਇਹ ਤਾਂ ਖੈਰ ਪ੍ਰਾਇਮਰੀ ਸੋਰਸ ਇੱਥੇ ਮੌਜੂਦ ਨੇ ਔਰ ਉਹਨਾਂ ਨੇ ਦੱਸਿਆ ਕਿ ਵੀ ਇਹ ਕਿਸ ਦੇ ਨਾਮ 'ਤੇ ਸੀ ਬਿਲਡਿੰਗ, ਵਰਨਾ ਅਸੀਂ ਉਹਨੂੰ ਪਹਿਚਾਨਣ ਦੇ ਵਿੱਚ ਪਹਿਲੇ ਹੀ ਦੱਸ ਚੁੱਕੇ ਸੀ, ਆਪਸ 'ਚ ਗੱਲਾਂ ਕਰ ਰਹੇ ਸੀ ਮੈਂ ਔਰ ਮਿਰਜ਼ਾ ਸਾਹਿਬ ਕਿ ਵੀ ਇਹ ਜਿਹੜੀ ਬਿਲਡਿੰਗ ਹੈ ਬਿਲੋਂਗ ਟੂ ਹਿੰਦੂ ਫੈਮਿਲੀ ਹੈ, ਕਿਉਂਕਿ ਆਰਕੀਟੈਕਚਰ ਦੱਸ ਰਿਹਾ ਸੀ ਔਰ ਉਸ ਤੋਂ ਬਾਅਦ ਫਿਰ ਸ੍ਰੀ ਓਮ ਵੀ ਲਿਖਿਆ ਹੋਇਆ। ਇਹ ਦੇਖੋ ਸੇਮ ਇੰਟਰਸਟ ਜਿਹੜੀ ਹੈ ਇਸ ਪਾਸੇ ਵੀ ਹੈ ਔਰ ਬਿਊਟੀਫੁੱਲ ਜਿਹੜਾ ਡੋਮ ਜਿਹੜਾ ਉੱਤੇ ਬਣਿਆ ਹੋਇਆ ਉਹ ਟੋਟਲੀ ਡਿਫਰੈਂਟ ਹੈ, ਸ਼ਾਇਦ ਹੀ ਕਿਸੇ ਘਰ ਦੇ ਉੱਤੇ ਬਾਕੀ ਰਹਿ ਗਿਆ ਹੋਇਆ ਇਸ ਤਰ੍ਹਾਂ ਦਾ। ਤੁਸੀਂ ਦੇਖ ਰਹੇ ਹੋ ਡਿੰਗਾ ਸ਼ਹਿਰ ਦੇ ਵਿੱਚ, ਮੈਂ ਤੁਹਾਡਾ ਆਪਣਾ ਹੋਸਟ ਬਾਬਾ ਜੀ। ਇਹ ਮਹਿਮਾਨ ਹੈ, ਜਿਹੜਾ ਮਹਿਮਾਨ ਖਾਣਾ ਸੀ ਉਹ ਖਾਸ ਹੈ, ਇਸ ਤੋਂ ਅੱਗੇ ਫਿਰ ਮਹਿਮਾਨ ਖਾਣਾ ਜਿਹੜਾ ਸੀ ਉਹ ਆਮ ਹੈ, ਫਿਰ ਨਾਲ ਲੱਗੇ ਜਿਹੜੇ ਸਰਵੈਂਟ ਸਨ ਉਹ ਤੁਸੀਂ ਦੇਖੋ ਉੱਤੇ ਇਹ ਬਿਲਡਿੰਗ ਦੇ ਟੋਪ ਦੇ ਉੱਤੇ ਤੁਹਾਨੂੰ ਨਜ਼ਰ ਆਏਗਾ। ਇਹ ਜਿੱਥੇ ਬਰਡ ਬੈਠਾ ਹੋਇਆ ਇਹ ਗਿਰ ਗਿਆ, ਇਹ ਕਿਸੇ ਨੇ ਤੋੜਿਆ ਨਹੀਂ ਹੈ, ਇਹਦੇ ਤੋਂ ਪਲਾਸਟਰ ਗਿਰ ਗਿਆ ਅਤੇ ਇਸ ਸ੍ਰੀ ਓਮ ਲਿਖਿਆ ਹੋਇਆ ਸੀ। ਇੱਕ ਤਾਂ ਲਾਈਟ ਨਹੀਂ ਹੈ, ਵਰਨਾ ਮੈਂ ਤੁਹਾਨੂੰ ਅੰਦਰ ਇਹਦੀ ਛੱਤ ਦਿਖਾਉਂਦਾ, ਟੋਟਲੀ ਡਿਫਰੈਂਟ ਕੱਪੜੇ ਦੇ ਨਾਲ ਕਵਰ ਕੀਤੀ ਹੋਈ ਛੱਤ ਜਿਹੜੀ ਕਿ ਮੈਂ ਜਿਊਡ ਦੇ ਨਾਲ ਉੱਤੇ ਪੇਂਟਿੰਗ ਹੋਈ ਹੋਈ ਹੈ, ਉਹ ਇੰਟਾਇਰਲੀ ਬਿਲਕੁਲ ਡਿਫਰੈਂਟ ਹੈ, ਸ਼ਾਇਦ ਇੰਡੀਆ ਦੇ 'ਚ ਇੱਕ ਦੋ ਮਹਿਲਾਂ ਦੀ ਮੈਂ ਸੁਣਿਆ ਹੈ ਉਸ ਤਰ੍ਹਾਂ ਬਣਿਆ ਹੋਇਆ, ਸੇਮ ਉਹੀ ਚੀਜ਼ ਜਿਹੜੀ ਹੈ ਇਹਦੇ ਵਿੱਚ ਬਣੀ ਹੋਈ ਹੈ। ਸੁੰਦਰ ਮਹਿਲ ਡਿੰਗਾ ਸ਼ਹਿਰ ਔਰ ਮੈਂ ਤੁਹਾਡਾ ਆਪਣਾ ਹੋਸਟ ਬਾਬਾ ਜੀ।
ਇਹ ਦੇਖੋ ਤੁਸੀਂ ਸੁੰਦਰ ਦਾਸ ਚੋਪੜਾ SDC ਇਹ ਇਹਨਾਂ ਦਾ ਸਾਈਨ ਸੀ ਸੁੰਦਰ ਮਹਿਲ ਦਾ ਮੈਂ ਸ਼ੁਕਰਗੁਜ਼ਾਰ ਹਾਂ ਸਾਜਿਦ ਸਾਹਿਬ ਦਾ ਕਿ ਜਿਨ੍ਹਾਂ ਨੇ ਮੈਨੂੰ ਮੌਕਾ ਦਿੱਤਾ ਕਿ ਮੈਂ ਇਸ ਜਗ੍ਹਾ ਨੂੰ ਤੁਹਾਡੇ ਸਾਹਮਣੇ ਐਕਸਪਲੋਰ ਕਰ ਸਕਾਂ ਸੁੰਦਰ ਮਹਿਲ ਉਹ ਪਿੱਛੇ ਪਾਮ ਦੇ ਪੱਤੇ ਦੇ 1918 ਲਿਖਿਆ ਹੋਇਆ ਅਤੇ ਫਿਰ ਦੇਖਦੇ ਰਹੋ ਸੇਵ ਹਿਸਟੋਰੀਕਲ ਪਲੇਸਿਸ ਆਫ ਪਾਕਿਸਤਾਨ ਸੇਵ ਗੁਰਦੁਆਰਾਜ਼ ਐਂਡ ਟੈਂਪਲਸ ਆਫ ਪਾਕਿਸਤਾਨ ਪੰਜਾਬ ਪੇਜ ਇਹ ਹੈ ਮੇਰਾ ਪਾਕਿਸਤਾਨ ਪਾਕਿਸਤਾਨ ਹੈਰੀਟੇਜ ਕਲੱਬ ਸਿੱਖ ਪੀਰੀਅਡ ਫੁੱਟਸਟੈਪਸ ਇਨ ਪਾਕਿਸਤਾਨ